ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਜੈਮੀਨਾਈ। ਹਾਂਜੀ, ਯਾਨੀ ਕਿ ਮਿਥੁਨ ਰਾਸ਼ੀ ਦਾ ਸਿਤੰਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ, ਮੰਥਲੀ ਪ੍ਰੀਡਿਕਸ਼ਨ। ਹਾਂਜੀ, ਅੱਜ ਅਸੀਂ ਤੁਹਾਡੇ ਪੂਰੇ ਮਹੀਨੇ ਦੇ ਵਿੱਚ ਤੁਹਾਡੀ ਧਨ ਦੀ ਸਥਿਤੀ, ਜੋਬ, ਕੈਰੀਅਰ, ਫੈਮਿਲੀ, ਲਵ ਰਿਲੇਸ਼ਨਸ਼ਿਪ ਪੂਰਾ ਵਿਸਤਾਰ ਨਾਲ ਅਸੀਂ ਦੱਸਣ ਵਾਲੇ ਹਾਂ। ਇਹ ਜੋ ਜਾਣਕਾਰੀ ਹੈ ਚੰਦਰ ਰਾਸ਼ੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਪਤਾ ਹੈ ਤਾਂ ਬਹੁਤ ਅੱਛੀ ਗੱਲ ਹੈ, ਜੇ ਨਹੀਂ ਪਤਾ ਹੈ ਤਾਂ ਇਸ ਰਾਸ਼ੀ ਨੂੰ ਤੁਸੀਂ ਜਨਮ ਤੇ ਲਗਨ ਦੇ ਆਧਾਰ ਤੇ ਵੀ ਦੇਖ ਸਕਦੇ ਹੋ ਜੀ। ਤੇ ਚਲੋ ਜੀ, ਬਿਨਾਂ ਟਾਈਮ ਵੇਸਟ ਕੀਤੇ ਹੋਏ ਜਲਦੀ ਤੋਂ ਤੁਹਾਡਾ ਸਿਤੰਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਸ਼ੁਰੂਆਤ ਕਰਦੇ ਹਾਂ। ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹਨ, ਵੀਡੀਓ ਨੂੰ ਲਾਈਕ ਕਰਿਆ ਕਰੋ ਜੀ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ, ਉਸ ਨੂੰ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀਆਂ ਹਰ ਵੀਡੀਓਜ਼ ਤੁਹਾਡੇ ਕੋਲ ਪਹੁੰਚਣ। ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕਮੈਂਟ ਵਿੱਚ ਹਾਜ਼ਰੀ ਜ਼ਰੂਰ 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 ਦੇ ਕੇ ਜਾਇਆ ਕਰੋ ਜੀ। ਅਤੇ ਚਲੋ ਜੀ, ਸਭ ਤੋਂ ਪਹਿਲੇ ਸ਼ੁਰੂ ਕਰਦੇ ਹਾਂ ਇਹ ਜੋ ਜਾਣਕਾਰੀ ਹੈ। ਸਭ ਅਸੀਂ ਜੋ ਸਿਤੰਬਰ ਦੇ ਮਹੀਨੇ ਵਿੱਚ ਗ੍ਰਹਿ ਗੋਚਰ ਹੁੰਦੇ ਹਨ ਨਾ, ਉਸ ਦੇ ਆਧਾਰ ਤੇ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲੇ ਅਸੀਂ ਮਿਥੁਨ ਰਾਸ਼ੀ ਵਾਲਿਆਂ ਦੀ ਸਿਹਤ ਦੀ ਗੱਲ ਕਰ ਲੈਂਦੇ ਹਾਂ, ਤਾਂ ਤੁਸੀਂ ਇਹ ਨੋਟ ਕਰਕੇ ਰੱਖ ਲਓ ਕਿ 23 ਸਤੰਬਰ ਤੋਂ ਬਾਅਦ ਤੁਹਾਡਾ ਜੋ ਸਿਹਤ ਹੈ, ਤੁਹਾਡਾ ਸਵਾਸਥ ਬਹੁਤ ਅੱਛਾ ਰਹੇਗਾ। ਇਹ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਜੇਕਰ ਕਈ ਮਿਥੁਨ ਰਾਸ਼ੀ ਵਾਲਿਆਂ ਨੂੰ ਪਰੇਸ਼ਾਨ ਹਨ, ਆਪਣੀ ਸਿਹਤ ਨੂੰ ਲੈ ਕੇ ਪਰੇਸ਼ਾਨ ਹਨ, ਸਿਹਤ ਨੂੰ ਲੈ ਕੇ ਚਿੰਤਿਤ ਹਨ, ਤਾਂ ਉਹਨਾਂ ਦਾ 23 ਸਤੰਬਰ ਨੂੰ ਇਹ ਚਿੰਤਾ ਦੂਰ ਹੋ ਜਾਏਗੀ। ਪਰ ਤੁਸੀਂ ਕਹੋਗੇ ਕਿ ਸਿੱਧਾ 23 ਸਤੰਬਰ ਤੇ ਕਿਉਂ ਆ ਗਏ, ਪਹਿਲੇ ਅੱਛਾ ਦੱਸ ਦਿੰਦੀ ਹਾਂ, ਠੀਕ ਹੈ, ਫਿਰ 23 ਸਤੰਬਰ ਤੋਂ ਪਹਿਲੇ ਦੀ ਗੱਲ ਕਰ ਲੈਂਦੀ ਹਾਂ। 23 ਸਤੰਬਰ ਤੋਂ ਪਹਿਲੇ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ, ਕਿਉਂਕਿ ਜੇਕਰ ਤੁਸੀਂ ਬਾਹਰ ਜਾਂਦੇ ਹੋ, ਕਿਤੇ ਬਾਹਰ ਕੋਈ ਸੋਸ਼ਲ ਕੰਮ ਕਰਨ ਜਾਂਦੇ ਹੋ ਜਾਂ ਕਿਤੇ ਵੀ ਕਿਸੇ ਯਾਤਰਾ ਤੇ ਜਾਂਦੇ ਹੋ, ਤਾਂ ਤੁਹਾਨੂੰ ਆਪਣਾ ਧਿਆਨ ਰੱਖਣਾ ਹੈ, ਆਪਣੀ ਸਿਹਤ ਦਾ ਧਿਆਨ ਰੱਖਣਾ ਹੈ, ਕਿਉਂਕਿ ਕੁਛ ਪ੍ਰੋਬਲਮ ਹੋ ਸਕਦੀ ਹੈ। ਪ੍ਰੋਬਲਮ ਇਸ ਤਰ੍ਹਾਂ ਦੀ ਵੱਡੀ ਕੋਈ ਪ੍ਰੋਬਲਮ ਨਹੀਂ, ਇਨਫੈਕਸ਼ਨ, ਸਕਿਨ ਦੀ ਐਲਰਜੀ। ਇਹ ਮੈਂ ਕਿਉਂ ਕਹਿ ਰਹੀ ਹਾਂ, ਕਿਉਂਕਿ ਤੁਹਾਡੀ ਜੋ ਰਾਸ਼ੀ ਦੇ ਸਵਾਮੀ ਬੁੱਧ ਹਨ, ਉਹ ਤੀਜੇ ਘਰ ਵਿੱਚ ਹਨ, ਤਾਂ ਉਹ ਇਹਨਾਂ ਚੀਜ਼ਾਂ ਦੇ ਹੀ ਹੁੰਦੇ ਹਨ, ਤਾਂ ਤੁਹਾਨੂੰ ਆਪਣਾ ਸਕਿਨ ਦੀ ਪ੍ਰੋਬਲਮ, ਇਨਫੈਕਸ਼ਨ, ਐਲਰਜੀ ਦਾ ਧਿਆਨ ਰੱਖਣਾ ਪਏਗਾ। ਤੇ ਚਲੋ ਜੀ, ਹੁਣ ਗੱਲ ਕਰ ਲੈਂਦੇ ਹਾਂ ਮਿਥੁਨ ਰਾਸ਼ੀ ਵਾਲੇ ਸਟੂਡੈਂਟਸ ਵਿਦਿਆਰਥੀਆਂ ਦੀ। ਦੇਖੋ, ਸਟੂਡੈਂਟਸ ਵਾਸਤੇ ਵੀ ਮੈਂ ਦੱਸ ਦੇਵਾਂ ਕਿ ਧਿਆਨ ਨਾਲ ਤੁਸੀਂ ਸੁਣਨਾ ਕਿ 18 ਸਤੰਬਰ ਤੋਂ ਬਾਅਦ ਤੁਹਾਡੀ ਪੜ੍ਹਾਈ ਦਾ ਫੋਕਸ ਇੰਨਾ ਅੱਛਾ ਹੈ ਨਾ, ਕਿ ਮਤਲਬ ਤੁਸੀਂ ਇਸ ਤਰ੍ਹਾਂ ਕਹਿਣ ਵਾਲੇ ਹੋ ਕਿ ਕੋਈ ਵੀ ਪੜ੍ਹਾਈ ਆ ਜਾਵੇ ਮੈਂ ਕਰ ਲਵਾਂਗਾ, ਕੋਈ ਵੀ ਇਗਜ਼ਾਮ ਆਵੇ ਮੈਂ ਉਸਨੂੰ ਮਤਲਬ ਕੀ ਕਹਿੰਦੇ ਉਸਨੂੰ ਕਰੈਕ ਕਰ ਲਵਾਂਗਾ, ਪਾਸ ਹੋ ਜਾਵਾਂਗਾ, ਠੀਕ ਹੈ, ਇਸ ਤਰ੍ਹਾਂ ਦਾ ਤੁਹਾਨੂੰ 18 ਸਤੰਬਰ ਤੋਂ ਬਾਅਦ ਹੋਣ ਵਾਲਾ ਹੈ। ਪਰ 18 ਸਤੰਬਰ ਤੋਂ ਪਹਿਲੇ, ਠੀਕ ਹੈ, 18 ਸਤੰਬਰ ਤੋਂ ਪਹਿਲੇ ਜੋ ਯਾਦ ਕੀਤਾ ਹੋਇਆ ਹੈ ਨਾ, ਸੋਰੀ ਟੂ ਸੇ, ਉਹ ਵੀ ਤੁਸੀਂ ਭੁੱਲ ਜਾਓਗੇ, ਭੁੱਲ ਸਕਦੇ ਹੋ। ਐਨ ਮੌਕੇ ਤੇ ਜੋ ਯਾਦ ਕੀਤਾ ਹੋਇਆ ਥੋੜਾ ਬੱਚਿਆਂ ਨੂੰ, ਉਹ ਵੀ ਤੁਸੀਂ ਭੁੱਲ ਸਕਦੇ ਹੋ, ਕਿਉਂਕਿ ਸ਼ੁਕਰ ਕੇਤੂ ਦੇ ਨਾਲ ਬੈਠਾ ਹੈ। ਇਸ ਕਰਕੇ ਤੁਹਾਡਾ ਧਿਆਨ, ਜੋ ਫੋਕਸ ਤੁਹਾਡਾ ਪੜ੍ਹਾਈ ਤੇ ਹੋਣਾ ਚਾਹੀਦਾ ਹੈ, ਉਹ ਤੁਹਾਡਾ ਹੋਏਗਾ ਨਹੀਂ। ਜੋ ਕੰਸੈਂਟਰੇਟ ਤੁਹਾਨੂੰ ਆਪਣੀ ਸਟੱਡੀ ਤੇ ਦੇਣਾ ਚਾਹੀਦਾ ਹੈ, ਉਹ ਤੁਸੀਂ ਨਹੀਂ ਦੋਗੇ। ਲਵ ਰਿਲੇਸ਼ਨ ਦੇ ਉੱਤੇ ਤੁਹਾਡਾ ਜ਼ਿਆਦਾ ਧਿਆਨ ਰਹੇਗਾ, ਠੀਕ ਹੈ, ਤੇ ਇਹ ਸਭ ਚੀਜ਼ਾਂ ਸਟੂਡੈਂਟਸ ਦੇ ਨਾਲ ਹੋਣ ਵਾਲੀਆਂ ਹਨ। ਪਰ 18 ਸਤੰਬਰ ਤੋਂ ਬਾਅਦ ਤੁਸੀਂ ਕੁਛ ਵੀ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ, ਠੀਕ ਹੈ, ਕੋਈ ਵੀ ਅੱਛੀ ਆਪਣਾ ਜੋਬ ਵਾਸਤੇ ਅਪਲਾਈ ਕਰ ਸਕਦੇ ਹੋ, ਕਿਸੇ ਵੀ ਐਗਜ਼ਾਮ ਦੇ ਵਿੱਚ ਤੁਸੀਂ ਐਡਮਿਸ਼ਨ ਲੈਣੀ ਹੈ ਜਾਂ ਐਗਜ਼ਾਮ ਵਾਸਤੇ ਤੁਸੀਂ ਅਪਲਾਈ ਕਰਨਾ ਹੈ, ਤਾਂ ਉਹ ਤੁਸੀਂ ਸਟੂਡੈਂਟਸ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲਵ ਰਿਲੇਸ਼ਨਸ਼ਿਪ ਦੀ, ਕਿਸ ਤਰ੍ਹਾਂ ਦਾ ਰਹੇਗਾ ਤੁਹਾਡਾ ਪ੍ਰੇਮ ਪਿਆਰ, ਠੀਕ ਹੈ ਜੀ, ਭਾਵੇਂ ਉਹ ਹਸਬੈਂਡ ਵਾਈਫ ਹੋ ਜਾਂ ਪ੍ਰੇਮੀ ਪ੍ਰੇਮਿਕਾ ਹੋ। ਤਾਂ ਦੇਖੋ ਜੀ, ਸ਼ੁਰੂਆਤੀ ਤੌਰ ਤੇ, ਠੀਕ ਹੈ, ਸ਼ੁਰੂਆਤੀ ਤੌਰ ਤੇ ਥੋੜ੍ਹੀ ਜਿਹੀ ਤੁਹਾਡੀ ਅਣਬਨ ਮੈਨੂੰ ਦਿਖਦੀ ਨਜ਼ਰ ਆ ਰਹੀ ਹੈ, ਪਰ ਮਿਡ ਜੋ
ਵਿਚਕਾਰ ਸਤੰਬਰ ਦਾ ਮਹੀਨਾ ਰਹੇਗਾ, ਉਸ ਤੋਂ ਬਾਅਦ ਤੁਹਾਡਾ ਰਿਲੇਸ਼ਨ ਜੋ ਹੈ ਅੱਛਾ ਹੈ। ਉਸ ਤੋਂ ਪਹਿਲੇ ਜੋ ਸ਼ੁਰੂਆਤੀ ਤੌਰ 'ਤੇ ਨਾ ਛੋਟੀਆਂ ਛੋਟੀਆਂ ਗੱਲਾਂ 'ਤੇ ਤੁਹਾਡੀ ਅਣਬਣ ਹੋਏਗੀ, ਐਸੀਆਂ ਗੱਲਾਂ ਕਿ ਮਤਲਬ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ, ਇਹਨਾਂ ਗੱਲਾਂ 'ਤੇ ਤੁਹਾਡੀ ਲੜਾਈ ਝਗੜਾ ਅਣਬਣ ਹੋ ਸਕਦੀ ਹੈ। ਪਰ ਮੈਂ ਇੱਥੇ ਇਹ ਵੀ ਦੱਸ ਦੇਵਾਂ ਤੁਹਾਨੂੰ ਕਿ ਮਿਡ ਸੈਪਟੈਂਬਰ ਤੋਂ ਬਾਅਦ ਇਸ ਤਰ੍ਹਾਂ ਦਾ ਯੋਗ ਬਣ ਰਿਹਾ ਹੈ ਕਿ ਕਮ ਬੈਕ ਹੋ ਜਾਏਗੀ, ਲਵ ਦੀ ਵਾਪਸੀ ਹੋ ਜਾਏਗੀ। ਠੀਕ ਹੈ, ਉਹ ਤਾਂ ਜੋ ਮੈਂ ਤੁਹਾਨੂੰ ਦੱਸਦਾ ਕਿ ਲੜਾਈ ਹੋਏਗੀ ਛੋਟੀ ਛੋਟੀ ਗੱਲਾਂ 'ਤੇ, ਪਰ ਜਿਨ੍ਹਾਂ ਲੋਕਾਂ ਦੀ ਕਾਫੀ ਸਮੇਂ ਤੋਂ ਗੱਲਬਾਤ ਬੰਦ ਹੈ, ਬਾਤਚੀਤ ਨਹੀਂ ਹੋ ਰਹੀ ਹੈ, ਠੀਕ ਹੈ, ਫੋਨ 'ਤੇ ਗੱਲ ਨਹੀਂ ਹੋ ਰਹੀ ਹੈ, ਫੋਨ 'ਤੇ ਬਲੌਕ ਕਰ ਦਿੱਤਾ ਗਿਆ ਹੈ, ਤਾਂ ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ ਯੋਗ ਬਣ ਰਿਹਾ ਹੈ ਕਿ ਮਿਡ ਸੈਪਟੈਂਬਰ ਤੋਂ ਬਾਅਦ ਉਹਨਾਂ ਦਾ ਤੁਹਾਡੀ ਲਵ ਰਿਲੇਸ਼ਨਸ਼ਿਪ ਬਹੁਤ ਅੱਛਾ ਹੋ ਜਾਏਗਾ। ਜਿਨ੍ਹਾਂ ਨੇ ਬਲੌਕ ਕੀਤਾ ਹੋਇਆ, ਫੋਨ ਕਾਲ ਨਹੀਂ ਆ ਰਿਹਾ, ਕਾਫੀ ਦੇਰ ਤੋਂ ਗੱਲਬਾਤ ਬੰਦ ਸੀ, ਉਹ ਸਭ ਠੀਕ ਹੋ ਜਾਏਗਾ, ਯਾਨੀ ਕਿ ਮਿਡ ਸੈਪਟੈਂਬਰ ਤੋਂ ਬਾਅਦ ਤੁਹਾਡਾ ਲਵ ਰਿਲੇਸ਼ਨਸ਼ਿਪ ਅੱਛਾ ਹੈ। ਜਿਹੜੇ ਹਸਬੈਂਡ ਵਾਈਫ ਹੈ, ਵਿਵਾਹਿਕ ਹੈਗੇ ਹੈ, ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਦੇਖੋ ਵੈਸੇ ਤਾਂ ਲਵ ਰਿਲੇਸ਼ਨ ਵਿੱਚ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਹੈ, ਪਰ ਤੁਹਾਡੇ ਪਾਰਟਨਰ ਦੇ ਹੈਲਥ ਦੇ ਉੱਤੇ ਕਿਧਰੇ ਨਾ ਕਿਧਰੇ ਇਸ਼ੂਜ਼ ਆਉਣ ਵਾਲੇ ਹੈ, ਫਰਕ ਪੈਣ ਵਾਲਾ ਹੈ, ਜਾਂ ਤਾਂ ਉਹਨਾਂ ਦੇ ਕਰੀਅਰ ਦੇ ਉੱਤੇ ਜਾਂ ਫਿਰ ਮੈਰਿਡ ਲਾਈਫ 'ਤੇ ਵੀ ਥੋੜ੍ਹਾ ਬਹੁਤ ਇੰਪੈਕਟ ਕਹਿ ਸਕਦਾ ਪਏਗਾ, ਕਿ ਤੁਹਾਡੇ ਪਾਰਟਨਰ ਨੂੰ ਐਂਗਜ਼ਾਇਟੀ ਵੀ ਰਹਿ ਸਕਦੀ ਹੈ ਇਸ ਤਰ੍ਹਾਂ ਦਾ, ਜਾਂ ਫਿਰ ਵਿਵਾਹਿਕ ਜੀਵਨ ਵਿੱਚ ਥੋੜ੍ਹੀ ਜਿਹੀ ਮਤਭੇਦ ਹੋ ਸਕਦੇ ਹਨ, ਛੋਟੀ ਛੋਟੀ ਗੱਲਾਂ 'ਤੇ ਆਰਗੂਮੈਂਟ ਹੋ ਸਕਦੇ ਹਨ, ਲੜਾਈ ਝਗੜਾ ਹੋ ਸਕਦਾ ਹੈ, ਖਾਸ ਕਰਕੇ ਖਾਣ ਦੇ ਟੇਬਲ 'ਤੇ ਜਦੋਂ ਤੁਸੀਂ ਖਾਓਗੇ, ਕੋਈ ਰੋਟੀ ਖਾ ਰਹੇ ਹੋ ਜਾਂ ਕੁਛ ਵੀ ਖਾ ਰਹੇ ਹੋ ਨਾ, ਉਸ ਵੇਲੇ ਤੁਹਾਡੇ ਜ਼ਿਆਦਾ ਮੁੱਦਾ ਬਣ ਜਾਏਗਾ ਲੜਾਈ ਝਗੜੇ ਦਾ, ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਛੋਟੀ ਜਿਹੀ ਗੱਲ ਸੀ ਅਤੇ ਉਹਦਾ ਇੰਨਾ ਵੱਡਾ ਕਲੇਸ਼ ਪੈ ਗਿਆ, ਲੜਾਈ ਝਗੜਾ ਹੋ ਗਿਆ। ਸੋ ਤੁਹਾਨੂੰ ਧਿਆਨ ਰੱਖਣਾ ਹੈ, ਧਿਆਨ ਤਾਂ ਰੱਖਣਾ ਹੀ ਪਏਗਾ, ਨਹੀਂ ਤਾਂ ਫਿਰ ਇਹ ਬਹੁਤ ਵੱਡਾ ਇਸ਼ੂ ਬਣ ਸਕਦਾ ਹੈ। ਠੀਕ ਹੈ, ਨਾ ਹੀ ਸਿਰਫ ਸੈਪਟੈਂਬਰ ਦੇ ਮਹੀਨੇ ਵਿੱਚ ਬਲਕਿ ਆਉਣ ਵਾਲੇ ਵੀ ਕੁਝ ਸਮੇਂ ਤੱਕ। ਠੀਕ ਹੈ, ਹੁਣ ਗੱਲ ਕਰ ਲੈਂਦੇ ਹਾਂ ਅਸੀਂ ਮਿਥੁਨ ਰਾਸ਼ੀ ਵਾਲਿਆਂ ਦੀ ਕਿਸਮਤ, ਭਾਗ, ਕਰੀਅਰ, ਬਿਜ਼ਨਸ। ਠੀਕ ਹੈ, ਤਾਂ ਦੇਖੋ ਜੀ, ਸ਼ਨੀ ਵਕਰੀ ਚੱਲ ਰਹੇ ਹਨ, ਤਾਂ ਤੁਹਾਡੇ ਉੱਪਰ ਨਾ ਤਾਂ ਸ਼ਨੀ ਦੀ ਢਈਆ ਚੱਲ ਰਹੀ ਹੈ, ਨਾ ਹੀ ਸ਼ਨੀ ਦੀ ਸਾੜਸਤੀ ਚੱਲ ਰਹੀ ਹੈ। ਇਸ ਕਰਕੇ ਸਤੰਬਰ ਦੇ ਮਹੀਨੇ ਵਿੱਚ ਜੇਕਰ ਕੋਈ ਨਵਾਂ ਕੰਮ ਕਰਨ ਦੀ ਸੋਚ ਰਹੇ ਹੋ ਤਾਂ ਕਰ ਲਓ, ਜੇ ਕੋਈ ਨਵਾਂ ਇਨਵੈਸਟਮੈਂਟ ਕਰਨ ਦੀ ਸੋਚ ਰਹੇ ਹੋ ਤਾਂ ਕਰ ਲਵੋ, ਜੇਕਰ ਕੋਈ ਨਵੀਂ ਕੋਈ ਪਲੈਨਿੰਗ ਲੈ ਕੇ ਆ ਰਹੇ ਹੋ ਤਾਂ ਉਹ ਵੀ ਕਰ ਲਓ। ਮਤਲਬ ਕਹਿੰਦਾ ਕਿ ਕੋਈ ਵੀ ਸ਼ੁਭ ਕੰਮ, ਕੋਈ ਵੀ ਨਵਾਂ ਕੰਮ ਜੇ ਕਰਨਾ ਚਾਹੁੰਦੇ ਹੋ ਤਾਂ ਸਤੰਬਰ ਦਾ ਮਹੀਨਾ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਬਹੁਤ ਹੀ ਅੱਛਾ ਰਹੇਗਾ। ਇਸ ਕਰਕੇ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਸ਼ਨੀ ਵਕਰੀ ਹੈ, ਹਾਂ ਥੋੜ੍ਹਾ ਟਾਈਮ ਲੱਗ ਸਕਦਾ ਡਿਲੇ, ਦੇਖੋ ਸ਼ਨੀ ਜੋ ਹੈ ਕੰਮ 'ਤੇ ਡਿਲੇ ਦਿੰਦੇ ਹਨ, ਪਰ ਮੇਨ ਰਹਿੰਦਾ ਹੈ ਕਿ ਸਾਨੂੰ ਸਫਲਤਾ ਆਖਿਰਕਾਰ ਮਿਲੇਗੀ, ਉਹ ਮੇਨ ਰਹਿੰਦਾ ਹੈ, ਤਾਂ ਉਹ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ, ਇਸ ਤਰ੍ਹਾਂ ਦੇ ਐਗ੍ਰਹਿ ਗੋਚਰ ਕਹਿ ਰਹੇ ਹਨ, ਅਤੇ ਕੰਮ ਤੁਸੀਂ ਕੋਈ ਵੀ ਸਤੰਬਰ ਦੇ ਮਹੀਨੇ ਵਿੱਚ ਸ਼ੁਰੂ ਕਰ ਸਕਦੇ ਹੋ। ਹੁਣ ਜੇ ਤੁਹਾਡੇ ਕਰੀਅਰ ਦੀ ਗੱਲ ਕਰੀਏ ਤਾਂ ਦੇਖੋ, ਰਾਹੂ ਹੈ ਤੁਹਾਡੇ ਕਰੀਅਰ ਦੇ ਸਥਾਨ 'ਤੇ, ਗੁਰੂ ਹੈ 12ਵੇਂ ਘਰ ਵਿੱਚ, ਅਤੇ ਦੋਨਾਂ ਦਾ ਇਸ ਘਰ ਵਿੱਚ ਹੋਣਾ ਇਹ ਇੰਡੀਕੇਟ ਕਰਦਾ ਹੈ ਕਿ ਤੁਹਾਡਾ ਕੰਮ ਵਿੱਚ ਮਨ ਨਾ ਲੱਗਣਾ, ਜਾਂ ਫਿਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਸਤੰਬਰ ਦੇ ਮਹੀਨੇ ਵਿੱਚ ਤੁਹਾਡੇ ਨਾਲ, ਕਿ ਹਾਰਡ ਵਰਕ ਤਾਂ ਕਰਨਾ, ਸਮਾਰਟਲੀ, ਸਮਾਰਟ ਤਰੀਕੇ ਨਾਲ ਹਾਰਡ ਵਰਕ ਤਾਂ ਕਰਨਾ, ਪਰ ਉਹਦੇ ਵਿੱਚ ਕੋਈ ਨਾ ਕੋਈ ਕਮੀ ਨਿਕਾਲਣਾ, ਜਾਂ ਤਾਂ ਉੱਧਰ ਦੇ ਐਨਵਾਇਰਮੈਂਟ ਵਿੱਚ ਕਮੀ ਨਿਕਾਲਣਾ, ਹੈ ਨਾ, ਆਫਿਸ ਵਿੱਚ ਕੰਮ ਕਰ ਰਹੇ ਹੋ ਤਾਂ ਆਪਣੇ ਸੀਨੀਅਰ ਅਧਿਕਾਰੀਆਂ ਵਿੱਚ ਕਮੀ ਨਿਕਾਲਣਾ, ਜਾਂ ਜਿਹੜਾ ਕੰਮ ਤੁਹਾਨੂੰ ਮਿਲਿਆ ਉਹਦੇ ਵਿੱਚ ਕਮੀਆਂ ਨਿਕਾਲਣਾ, ਕਿਉਂਕਿ ਰਾਹੂ ਜੋ ਇੱਥੇ ਹੈਗਾ ਨਾ, ਉਹ ਤੁਹਾਡੇ ਮਤਲਬ ਕਮੀਆਂ ਨਿਕਾਲਣ ਦਾ ਕੰਮ ਕਰੇਗਾ ਤੁਹਾਡੇ ਦਿਮਾਗ ਵਿੱਚ।
ਅੱਛਾ, ਇੱਥੇ ਇਹ ਵੀ ਹੈ ਕਿ ਜੋ ਰਾਹੂ ਹਨ ਨਾ ਉਹ ਪਰਿਵਰਤਨ ਵੀ ਦਿੰਦੇ ਹਨ, ਠੀਕ ਹੈ। ਤੁਹਾਡੇ ਜੋ ਕਰੀਅਰ ਹੈ ਉਹਦੇ ਵਿੱਚ ਤੁਹਾਡਾ ਸਤੰਬਰ ਦੇ ਮਹੀਨੇ ਵਿੱਚ ਵੀ ਹੋ ਸਕਦਾ ਹੈ ਕੋਈ ਪਰਿਵਰਤਨ ਹੋਵੇ। ਪਰਿਵਰਤਨ ਕਿਸੇ ਵੀ ਚੀਜ਼ ਦਾ ਹੋ ਸਕਦਾ, ਟ੍ਰਾਂਸਫਰ ਹੋ ਸਕਦੀ ਹੈ ਜਾਂ ਫਿਰ ਕੋਈ ਵੀ ਤੁਹਾਡੀ ਜੋਬ ਚੇਂਜ ਹੋ ਸਕਦੀ ਹੈ ਜਾਂ ਜੋਬ ਵਿੱਚ ਹੀ ਤੁਹਾਨੂੰ ਕੋਈ ਅੱਛਾ ਪਦ ਪ੍ਰਮੋਸ਼ਨ ਮਿਲ ਸਕਦਾ ਹੈ। ਆਉਣ ਵਾਲੇ 6 ਮਹੀਨਿਆਂ ਵਿੱਚ ਤੁਹਾਡਾ ਇਹ ਪੱਕਾ ਹੈ ਕਿ ਤੁਹਾਡੇ ਕਰੀਅਰ ਦੇ ਵਿੱਚ ਕੰਮ ਵਾਲੇ ਸਥਾਨ ਤੇ ਪਰਿਵਰਤਨ ਜ਼ਰੂਰ ਹੋਏਗਾ, ਕਿਉਂਕਿ ਰਾਹੂ ਪਰਿਵਰਤਨ ਦਿੰਦੇ ਹਨ, ਠੀਕ ਹੈ। ਇੱਕ ਹੋਰ ਇੱਥੇ ਬਹੁਤ ਹੀ ਜ਼ਰੂਰੀ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ, ਕਿਉਂਕਿ ਗੁਰੂ 12ਵੇਂ ਘਰ ਵਿੱਚ ਹੈਗੇ ਹੈ ਤਾਂ ਤੁਸੀਂ MNC ਰਿਲੇਟਿਡ ਨੌਕਰੀ ਸਰਚ ਕਰੋ, ਠੀਕ ਹੈ। ਇਸ ਤੋਂ ਇਲਾਵਾ ਵਿਦੇਸ਼ ਤੋਂ ਰਿਲੇਟਿਡ ਕੋਈ ਨੌਕਰੀ ਸਰਚ ਕਰੋ, ਕੋਈ ਵਿਦੇਸ਼ ਤੋਂ ਰਿਲੇਟਿਡ ਕੋਈ ਚੀਜ਼ ਸਰਚ ਕਰੋ ਤਾਂ ਤੁਹਾਨੂੰ ਬਹੁਤ ਹੀ ਅੱਛਾ ਰਿਜ਼ਲਟ ਮਿਲੇਗਾ, ਕਿਉਂਕਿ ਟ੍ਰਾਂਸਫਰ ਤਾਂ ਹੈ ਹੀ ਹੈ, ਮਤਲਬ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚੇਂਜ ਕਰਨ ਦਾ ਸਤੰਬਰ ਦੇ ਮਹੀਨੇ ਵਿੱਚ ਕਾਫੀ ਹੱਦ ਤੱਕ ਤੁਹਾਨੂੰ ਬੜਾ ਹੀ ਅੱਛਾ ਰਿਜ਼ਲਟ ਮਿਲੇਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਤੁਹਾਡੇ ਬਿਜ਼ਨਸ ਦੀ, ਵਪਾਰੀਆਂ ਦੀ, ਠੀਕ ਹੈ ਜੀ। ਦੇਖੋ 23 ਸਤੰਬਰ ਤੋਂ ਬਾਅਦ ਤੁਹਾਡਾ ਜੋ ਯੋਗ ਬਣ ਰਿਹਾ ਹੈ ਨਾ, ਵਪਾਰੀਆਂ ਦਾ ਕੰਮ ਚੱਲਣ ਦਾ ਬਹੁਤ ਅੱਛਾ ਦਿਖਾਈ ਦੇ ਰਿਹਾ ਹੈ, ਪਰ 23 ਸਤੰਬਰ ਤੋਂ ਪਹਿਲੇ। ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਥੋੜ੍ਹੀ ਜਿਹੀ ਟੈਨਸ਼ਨ ਦਿਖਾਈ ਦੇ ਰਹੀ ਹੈ, ਖਰਚੇ ਹੋਣਗੇ, ਟਰੈਵਲਿੰਗ ਹੋ ਸਕਦੀ ਹੈ, ਮਤਲਬ ਥੋੜ੍ਹਾ ਜਿਹਾ 23 ਸਤੰਬਰ ਤੋਂ ਪਹਿਲੇ ਤੁਹਾਨੂੰ ਪਰੇਸ਼ਾਨੀ ਰਹਿ ਸਕਦੀ ਹੈ, ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਥੋੜੀ ਪਰੇਸ਼ਾਨੀ ਦਿਖਾ ਰਿਹਾ ਹੈ ਇੱਥੇ, ਪਰ 23 ਸਤੰਬਰ ਤੋਂ ਬਾਅਦ ਤੁਹਾਡਾ ਵਪਾਰ ਬਿਜ਼ਨਸ ਬਹੁਤ ਹੀ ਅੱਛਾ ਰਹੇਗਾ। ਸੋ ਐਸੀ ਮਿਥੁਨ ਰਾਸ਼ੀ ਵਾਲਿਆਂ ਦਾ ਸਤੰਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਤੁਹਾਨੂੰ। ਇਹ ਮੇਰੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਆਪਣਾ ਫੀਡਬੈਕ ਕਮੈਂਟ ਵਿੱਚ ਦੇਣਾ ਜੀ। ਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।